ਅੱਜ ਕੱਲ੍ਹ ਬੜਾ ਰੌਲਾ ਸੁਣੀਦਾ ਸੋਸ਼ਲ ਮੀਡੀਆ 'ਤੇ ਕਿ ਕੈਨੇਡਾ ਦਾ ਜਿਹੜਾ ਨਾ ਹਾਲਾਤ ਬੜਾ ਮਾੜਾ ਅਤੇ ਕੈਨੇਡਾ ਰਹਿਣ ਦੇ ਕਾਬਲ ਨਹੀਂ ਰਹਿ ਗਿਆ, ਕੈਨੇਡਾ ਜਿਹੜਾ ਉਹ ਜਾਬਾਂ ਕੋਲ ਨਹੀਂ ਹਨ, ਕੈਨੇਡਾ ਦੇ ਵਿੱਚ ਜ਼ਿੰਦਗੀ ਮੁਸ਼ਕਲ ਹੋ ਗਈ ਹੈ, ਬੰਦੇ ਰੋ ਰਹੇ ਨੇ, ਬੰਦੇ ਛੱਡ ਕੇ ਜਾ ਰਹੇ ਨੇ, ਹੈਂ ਲਟਰ ਪਟਰ ਬਲਾ 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 ਇਸ ਤਰ੍ਹਾਂ ਦਾ ਜਿਹੜਾ ਨਾ। ਮੈਨੂੰ ਵੀ ਕੈਨੇਡਾ ਰਹਿੰਦੇ ਹੁਣ ਤਕਰੀਬਨ 10-15 ਸਾਲ ਹੋ ਗਏ ਨੇ, 2008 ਤੋਂ ਲੈ ਕੇ 2008 ਅਕਤੂਬਰ ਵਿੱਚ ਆਇਆ ਮੈਂ, ਅਤੇ ਉਸ ਲੈ ਕੇ ਹੁਣ 2024 ਹੈ, ਹਿਸਾਬ ਲਾ ਲਓ 15 ਕੁ ਸਾਲ ਹੋ ਗਏ ਨੇ। ਮੈਂ ਵੀ ਆਖਿਆ ਚਲੋ ਮੈਂ ਵੀ ਆਪਣਾ ਜਿਹੜਾ ਨਾ ਥੋੜ੍ਹਾ ਜਿਹਾ ਹਿੱਸਾ ਪਾ ਲਾਂ, ਜੇ ਇੱਕ ਮੈਂ ਕੀ ਸਮਝਣਾ ਕੈਨੇਡਾ ਦੇ ਬਾਰੇ। ਕੈਨੇਡਾ ਦੇ ਬਾਰੇ ਦੇਖੋ ਜੀ, ਮੇਰੀ ਜਿਹੜੀ ਰਾਏ ਆ ਉਹ ਇਹ ਹੈ ਕਿ ਡਿਪੈਂਡ ਕਰਦਾ ਕਿ ਤੁਸੀਂ ਰਹਿੰਦੇ ਕਿੱਥੇ ਹੋ। ਪੇ ਫਿਲਹਾਲ ਕੈਨੇਡਾ ਅਲਹਮਦੁਲਿਲਾ ਜਿਹੜਾ ਹਲੀ ਵੀ ਕਾਫੀ ਮੁਲਕਾਂ ਨਾਲੋਂ ਬਿਹਤਰ ਹੈ, ਸਪੈਸ਼ਲੀ ਪਾਕਿਸਤਾਨ ਨਾਲੋਂ ਕਾਫੀ ਬਿਹਤਰ ਹੈ। ਲਿਵਿੰਗ ਸਟੈਂਡਰਡ ਜਿਹੜਾ ਉਹ ਇੱਥੇ ਕਾਫੀ ਬਿਹਤਰ ਹੈ, ਤੁਹਾਨੂੰ ਕੰਮ ਲੱਭ ਜਾਂਦਾ ਹੈ, ਤੁਹਾਡੀ ਫ੍ਰੀ ਹੈਲਥ ਕੇਅਰ ਹੈ, ਜੇ ਤੁਹਾਡੇ ਬੱਚੇ ਨੇ ਤਾਂ ਬੱਚਿਆਂ ਦੇ ਤੁਹਾਨੂੰ ਪੈਸੇ ਲੱਭ ਜਾਂਦੇ ਨੇ, $500 ਮਹੀਨੇ ਦਾ ਫੀ ਬੱਚੇ ਦਾ। ਹੋਰ ਕੀ ਰਜ ਬੈਨੀਫਿਟ ਨੇ, ਇਤਨੇ ਬੈਨੀਫਿਟ ਨੇ ਕਿ ਜਿਹੜੇ ਪਾਕਿਸਤਾਨੀ ਹਨ ਤੁਹਾਨੂੰ ਬੈਨੀਫਿਟ ਲੱਭਦੇ। ਡਿਪੈਂਡ ਕਰਦਾ ਕਿ ਤੁਸੀਂ ਰਹਿੰਦੇ ਕਿੱਥੇ ਹੋ। ਭੇਜੇ ਤਾਂ ਤੁਸੀਂ ਅਮਰੀਕਾ ਰਹਿ ਰਹੇ ਹੋ ਤਾਂ ਫਿਰ ਤੁਸੀਂ ਕੈਨੇਡਾ ਤਾਂ ਵਾਕਈ ਤੁਹਾਨੂੰ ਫਿਰ ਗਰਬਜ ਹੀ ਲੱਗਣਾ, ਜਾਂ ਉਹਨਾਂ ਅਮਰੀਕਾ ਵਾਲਿਆਂ ਨੇ ਜਾਂ ਇੰਗਲੈਂਡ ਵਾਲਿਆਂ ਨੇ ਜਾਂ ਜਿਹੜੇ ਆਲਰੇਡੀ ਵੈਸਟਰਨ ਕੰਟਰੀਜ਼ ਵੀ ਜਿਹੜੇ ਕੈਨੇਡਾ ਨਾਲੋਂ ਉੱਤੇ ਜਿਹੜੇ ਮੁਲਕ ਨੇ ਜਿਨ੍ਹਾਂ ਦੀ ਇਕਾਨਮੀ ਸਟਰੋਂਗ ਹੈ ਕੈਨੇਡਾ ਨਾਲੋਂ, ਜੇ ਤਾਂ ਉਹ ਉਹਨਾਂ ਮੁਲਕਾਂ ਵਿੱਚ ਰਹਿ ਰਹੇ ਨੇ ਤਾਂ ਫਿਰ ਤਾਂ ਵਾਕਈ ਉਹਨਾਂ ਨੂੰ ਕੈਨੇਡਾ ਜਿਹੜਾ ਉਹ ਇਤਨਾ ਅੱਛਾ ਨਹੀਂ ਲੱਗਣਾ। ਕੋਵਿਡ ਦੇ ਬਾਅਦ ਜ਼ਹਿਰੀ ਗੱਲ ਹੈ ਪੂਰੀ ਦੁਨੀਆ ਦੀ ਇਕਾਨਮੀ ਡਾਊਨ ਹੋਈ ਹੈ, ਕੈਨੇਡਾ ਦੀ ਵੀ ਡਾਊਨ ਹੋਈ ਹੈ। ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਮਸਲਾ ਬਣਿਆ ਸੀ ਉਹ ਸੀ ਹਾਊਸਿੰਗ ਵਾਲਾ ਬਣੇ ਆ, ਬਲਕਿ ਫਿਲਹਾਲ ਕੋਵਿਡ ਜਿਹੜਾ 2018-19 ਤੋਂ ਲੈ 18-19 ਜਿਹੜਾ ਨਾ ਹਾਊਸਿੰਗ ਬਬਲ ਜਿਹੜਾ ਉਹ ਬਣਨਾ ਸ਼ੁਰੂ ਹੋ ਗਿਆ ਸੀ। ਘਰਾਂ ਦੀਆਂ ਕੀਮਤਾਂ ਜਿਹੜੇ 2 ਲੱਖ ਦੇ 2018 ਵਿੱਚ ਜਿਹੜਾ 2 ਲੱਖ ਦਾ ਮਕਾਨ ਸੀ ਉਹ 20-21 ਜਿਹੜਾ ਉਹ ਹੀ ਜਿਹੜਾ 6-6 ਲੱਖ ਦਾ ਹੋ ਗਿਆ, ਅਤੇ ਹੁਣ ਉਹ ਹੀ ਵਾਪਸ ਜਿਹੜਾ 24 ਵੀ ਹੁਣ ਘਰ ਵਿਕ ਨਹੀਂ ਰਹੇ, ਲਟਰ ਪਟਰ ਇਕਾਨਮੀ ਸਲੋ ਹੋਈ ਹੈ, ਹੈ ਉਹ ਇਸ ਗੱਲੇ ਸਾਰਾ ਜਿਹੜਾ ਨਾ ਇਹ ਸ਼ੋਰ ਸ਼ਰਾਬਾ ਪਏ ਆ। ਬਾਕੀ ਕੈਨੇਡਾ ਅਲਹਮਦੁਲਿਲਾ ਜਿਹਨੇ ਕੰਮ ਕਰਨਾ, ਜਿਸ ਬੰਦਾ ਜਿਹੜਾ ਬੰਦਾ ਕੰਮ ਕਰਨ ਵਾਲਾ ਜਿਹੜਾ ਮਿਹਨਤੀ ਹੈ ਉਹਨੂੰ ਕੰਮ ਲੱਭ ਹੀ ਜਾਂਦਾ, ਉਹਦੇ ਵਾਸਤੇ ਕੋਈ ਕਮੀ ਨਹੀਂ ਹੈ। ਉਹ ਚਾਹੇ ਪਾਕਿਸਤਾਨ ਹੋਵੇ ਉਹਨੂੰ ਉੱਥੇ ਵੀ ਉਹ ਜਿਹੜਾ ਨਾ ਆਪਣਾ ਦਾਲ ਰੋਟੀ ਚਲਾ ਲੈਂਦਾ, ਅਤੇ ਜੇ ਕੈਨੇਡਾ ਤਾਂ ਫਿਰ ਅਲਹਮਦੁਲਿਲਾ ਇਸ ਮੱਚ ਬੈਟਰ ਦੈਨ ਪਾਕਿਸਤਾਨ ਜਿਹੜਾ ਇੱਥੇ ਅਤੇ ਹਜ਼ਾਰਾਂ ਅਪਰਚੁਨਿਟੀਆਂ ਨੇ ਪਾਕਿਸਤਾਨ ਨਾਲੋਂ, ਅਤੇ ਇਸ ਗੱਲੇ ਕੈਨੇਡਾ ਦੇ ਜਿਹੜੇ ਇਤਨੇ ਬੁਰੇ ਹਾਲਾਤ ਨਹੀਂ ਹਲੀ ਹੋਏ ਕਿ ਬੰਦਾ ਜਿਹੜੇ ਸਪੈਸ਼ਲੀ ਪਾਕਿਸਤਾਨ ਨਾਲੋਂ ਢੇਰ ਬਿਹਤਰ ਹੈ। ਅਤੇ ਪਾਕਿਸਤਾਨੀਓ ਆ ਜਾਓ ਕੈਨੇਡਾ ਅਤੇ ਟੇਕ ਓਵਰ ਕਰ ਜਾਓ। ਬਾਹਲੇ ਇਤਨੇ ਕੋਈ ਇਤਨੇ ਕੈਨੇਡਾ ਜਿਹੜਾ ਇਹ ਵੀ ਨਹੀਂ ਮੈਂ ਕਹਿੰਦਾ ਕਿ ਕੈਨੇਡਾ ਜਿਹੜਾ ਉਹ ਬਾਹਲਾ ਇੱਕ ਤੁਹਾਨੂੰ ਅਪਰਚੁਨਿਟੀਆਂ ਦਿੰਦਾ ਜਾਂ ਬਹੁਤ ਜ਼ਿਆਦਾ ਇੱਥੇ ਕਿਨ ਕਹਿੰਦੇ ਨੇ ਵਧਣ ਦੀ ਜਿਹੜੀ ਆ ਉਹ ਅਪਰਚੁਨਿਟੀਆਂ ਨੇ ਉਹ ਤਾਂ ਨਹੀਂ ਹੈ ਨਾ, ਲੇਕਿਨ ਜੇ ਕੰਪੇਅਰ ਕਰੀਏ ਪਾਕਿਸਤਾਨ ਨਾਲ, ਜੇ ਤੁਸੀਂ ਮੈਂ ਕਹਿ ਲਓ ਕਿ ਜੇ $3,000-4,000 ਤੁਸੀਂ ਬਣਾ ਰਹੇ ਹੋ ਜਿੱਥੇ ਵੀ ਰਹਿ ਰਹੇ ਹੋ ਨਾ, ਫਿਰ ਤਾਂ ਤੁਹਾਨੂੰ ਕੈਨੇਡਾ ਆਉਣ ਦੀ ਕੋਈ ਲੋੜ। ਕੈਨੇਡਾ ਦੇ ਵਿੱਚ ਜੇ ਮਿਨੀਮਮ ਭੈੜੇ 'ਚ ਵੀ ਭੈੜਾ ਤੁਹਾਨੂੰ ਜੇ ਕੰਮ ਲੱਭਦਾ ਨਾ ਤਾਂ $3,000-4,000 ਤਾਂ ਤੁਹਾਨੂੰ ਉਹ ਦੇ ਹੀ ਛੱਡਦਾ। $100 ਦੀ ਜਿਹੜੀ ਦਿਹਾੜੀ ਹੈ ਨਾ ਉਹ ਤੁਹਾਡੀ ਲੱਗ ਹੀ ਜਾਂਦੀ ਹੈ, ਭੈੜੇ 'ਚ ਵੀ ਭੈੜਾ ਕੰਮ ਤੁਸੀਂ ਜਿਹੜਾ ਨਾ
ਟਿਮ ਹੋਟਲ ਕਰ ਲਓ, ਮੈਕਡੋਨਲ ਕਰ ਲਓ, ਇਹਨਾਂ 'ਤੇ ਵੀ ਕੰਮ ਕਰੋ ਅਤੇ ਤੁਹਾਡਾ $100 ਤਾਂ ਤੁਸੀਂ ਦਿਹਾੜੀ ਦਾ ਖਿੱਚ ਹੀ ਲਿਆਉਂਦੇ ਹੋ। ਅੱਗੋਂ ਫਿਰ ਤੁਸੀਂ ਆਪੋ ਹਿਸਾਬ ਲਾ ਲਓ ਕਿ ਕੈਨੇਡਾ ਜਿਹੜਾ ਉਹ ਤੁਹਾਡੇ ਵਾਸਤੇ ਰਹਿਣ ਦੇ ਕਾਬਲ ਹੈ ਜਾਂ ਨਹੀਂ ਹੈ, ਜਾਂ ਤੁਹਾਡਾ ਕੀ ਹਿਸਾਬ ਕਿਤਾਬ ਹੈ ਲੈਟਰ ਪਟਰ ਜੀ ਉਹ। ਮੈਂ ਤਾਂ ਹਾਈਲੀ ਰਿਕਮੈਂਡ ਕਰਨਾ, ਵੈਲਕਮ ਟੂ ਕੈਨੇਡਾ, ਬਿਲਕੁਲ ਕੈਨੇਡਾ ਆਓ, ਖੂਬ ਕਮਾਈਆਂ ਕਰੋ ਅਤੇ ਖੂਬ ਤਰੱਕੀ ਕਰੋ। ਗਾਡ ਬਲੈਸ ਯੂ ਆਲ, ਸਹੀ, ਅੱਲਾ ਹਾਫਿਜ਼।